ਇਹ ਮੁੰਡੇ ਨੇ ਨਾ ਆਉ ਜ਼ੋਰ ਦੀ ਨਾ ਇਸ ਤਰ੍ਹਾਂ ਕਰਕੇ ਨਾ ਆਉ ਮੇਰੇ ਬਾਹ ਮਰੋੜੀ ਮੈਨੂੰ, ਮੈਂ ਤਾਂ ਹੱਕੀ ਪੱਕੀ ਹੋ ਗਈ। ਹੁਣ ਆਉ ਖਿੱਚ ਕੇ ਤੇ ਲੈ ਗਿਆ ਮੇਰੇ ਕੋਲੋਂ। ਰਸਤੇ 'ਚ ਜਾ ਰਹੀ ਇੱਕ ਔਰਤ ਦੇ ਕੋਲੋਂ ਫੋਨ ਖੋਣ ਦਾ ਮਾਮਲਾ ਸਾਹਮਣੇ ਆਇਆ। ਔਰਤ ਜਦੋਂ ਆਪਣੀ ਦੁਕਾਨ ਤੋਂ ਘਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਉਸਨੂੰ ਇਕੱਲਾ ਦੇਖ ਕੇ ਜੋ ਲੁਟੇਰੇ ਸੀ ਉਹਨਾਂ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ। ਹਾਲਾਂਕਿ ਕਿਹਾ ਜਾ ਰਿਹਾ ਕਿ ਉਸਦੀ ਬਾਂਹ ਨੂੰ ਪਕੜਿਆ ਜਾਂਦਾ ਅਤੇ ਉਸਦਾ ਫੋਨ ਖੋਲਿਆ ਜਾਂਦਾ, ਪਰ ਇੰਨੇ ਦੇ ਵਿੱਚ ਹੀ ਔਰਤ ਦੇ ਵੱਲੋਂ ਰਸਤੇ ਦੇ ਵਿੱਚ ਹੀ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਰਾਹਗੀਰਾਂ ਦੀ ਮਦਦ ਦੇ ਨਾਲ ਇੱਕ ਚੋਰ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ। ਤਾਂ ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਔਰਤ ਜਦੋਂ ਆਪਣੀ ਦੁਕਾਨ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਲੁਟੇਰਿਆਂ ਨੇ ਉਸਦੇ ਉੱਤੇ ਹਮਲਾ ਕੀਤਾ। ਹਾਲਾਂਕਿ ਹਮਲਾ ਕਰਨ ਤੋਂ ਬਾਅਦ ਉਸਦਾ ਫੋਨ ਖੋਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੌਕੇ ਦੇ ਉੱਤੇ ਜਦੋਂ ਔਰਤ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਤਾਂ ਰਾਹਗੀਰਾਂ ਨੇ ਚੋਰ ਨੂੰ ਕਾਬੂ ਕਰ ਲਿਆ। ਹਾਲਾਂਕਿ ਜਦੋਂ ਉਸ ਤੋਂ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ ਕਿ ਉਹ ਤਿੰਨ ਜਣੇ ਇਕੱਠੇ ਆਏ ਸੀ, ਜਿਨ੍ਹਾਂ ਦੇ ਵਿੱਚੋਂ ਦੋ ਮੌਕੇ ਤੋਂ ਫਰਾਰ ਹੋ ਗਏ ਅਤੇ ਉਹ ਉੱਥੇ ਹੀ ਰਹਿ ਗਿਆ, ਅਤੇ ਜਿਸ ਤੋਂ ਬਾਅਦ ਲੋਕਾਂ ਨੇ ਉਸਦੀ ਖੂਬ ਛਿੱਤਰ ਪਰੇਡ ਵੀ ਕੀਤੀ ਅਤੇ ਮੌਕੇ ਦੇ ਉੱਤੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚੋਰ ਨੂੰ ਕਾਬੂ ਕਰ ਲਿਆ। ਭਾਜੀ ਅਸੀਂ ਮੈਨੂੰ ਕੋਈ ਇਸ ਤਰ੍ਹਾਂ ਮੈਂ ਆਪਣੇ ਘਰ ਨੂੰ ਜਾਣਦੇ ਸੀ ਰਮਾਨ ਨਾਲ, ਮੈਂ ਨਾ ਇਸ ਤਰ੍ਹਾਂ ਆਪਣਾ ਬੈਗ ਫੜਿਆ ਸੀ, ਮੈਂ ਆਪਣੇ ਘਰ ਨੂੰ ਜਾਣਦੇ ਸੀ, ਫੋਨ ਮੈਂ ਆਪਣੇ ਹੱਥ 'ਚ ਫੜਿਆ ਸੀ। ਇਹ ਮੁੰਡੇ ਨੇ ਨਾ ਆਉਂ ਜ਼ੋਰ ਦੀ ਨਾ ਇਸ ਤਰ੍ਹਾਂ ਕਰਕੇ ਨਾ ਆਉਂ ਮੇਰੇ ਬਾਂਹ ਮਰੋੜੀ ਮੈਨੂੰ, ਮੈਂ ਤਾਂ ਹੱਕੀ ਪੱਕੀ ਹੋ ਗਈ। ਹੁਣ ਆਉਂ ਖਿੱਚ ਕੇ ਤੇ ਲੈ ਗਿਆ ਮੇਰੇ ਕੋਲੋਂ, ਤੇ ਬਸ ਇੰਨੇ ਵਿੱਚ ਮੈਂ ਰੌਲਾ ਪਾਤਾ, ਪਬਲਿਕ ਸਾਰੀ ਇਕੱਠੀ ਹੋ ਗਈ, ਪਬਲਿਕ ਨੇ ਇਹਦੇ ਕੋਲ ਫੋਨ ਫੜ ਲਿਆ ਮੇਰਾ, ਪਬਲਿਕ ਮੁੰਡੇ ਪਿੱਛੇ ਦੌੜਿਆ ਉਹਨਾਂ ਨੇ ਇਹਨੂੰ ਫੜ ਲਿਆ ਤੇ ਮੇਰਾ ਫੋਨ ਮੇਰੇ ਕੋਲ ਮੈਨੂੰ ਮਿਲ ਗਿਆ, ਫੋਨ ਮੈਨੂੰ ਮਿਲ ਗਿਆ। ਭਾਜੀ ਮੇਰਾ ਨਾਮ ਮਮਤਾ, ਅਸੀਂ ਪੁਰਾਣੇ ਬਾਜ਼ਾਰ ਦੇ ਰਹਿਣ ਵਾਲੇ ਤੇ ਪ੍ਰੇਮ ਨਗਰ ਭਾਜੀ, ਮੈਂ ਅਸੀਂ ਆਪਣੀ ਦੁਕਾਨ ਨਾ ਛੋਟੀ ਜਿਹੀ ਪਾਈ ਦੀ ਤੇ ਅਸੀਂ ਉੱਥੋਂ ਮੈਂ ਆਪਣੀ ਦੁਕਾਨ ਤੋਂ ਆਪਣੇ ਘਰ ਨੂੰ ਵਾਪਸ ਜਾਣ ਦੀ, ਪੈਦਲ ਹੀ ਭਾਜੀ ਮੈਂ ਆਉਂਦੀ ਹਾਂ। ਸਤਿ ਸ਼੍ਰੀ ਅਕਾਲ। ਹਾਂਜੀ ਇਹ ਭਾਜੀ ਇਹ ਮੈਨੂੰ ਮੈਂ ਜਿਸ ਤਰ੍ਹਾਂ ਵੀ ਮੇਰੇ ਸਿਰ ਤੇ ਨਾ ਆਊ ਵੀ ਆਉਂ ਖੋ ਕੇ ਨਾ ਮੇਰੇ ਕੋਲੋਂ, ਤੇ ਮੈਨੂੰ ਇੰਨਾ ਨੀ ਪਤਾ, ਉਹ ਕਹਿੰਦੇ ਵੀ ਤਿੰਨ ਜੀ ਨਹੀਂ, ਇਹ ਮੁੰਡਾ ਆਪੇ ਬਿਆਨ ਦੇ ਦਿੰਦੇ ਆ ਕਿ ਅਸੀਂ ਤਿੰਨ ਜੀ ਨਹੀਂ, ਵਿੱਚੋਂ ਇੱਕ ਜਿਹਨਾਂ ਮੇਰੇ ਖੋ ਕੇ ਤੇ ਫੋਨ ਲੈ ਗਿਆ ਦੌੜ ਕੇ, ਮੈਂ ਤਿੰਨ ਜੀ ਨੇ ਵੇਖੇ, ਮੈਂ ਉਹਨਾਂ ਦੀ ਸ਼ਕਲ ਨਹੀਂ ਵੇਖੀ ਦੋਨਾਂ ਦੀ, ਬਸ ਇਹਦੇ ਵਾਰੀ ਮੈਂ ਇਹਨੂੰ ਵੇਖਿਆ ਵੀ ਇਹ ਮੇਰਾ ਰੌਲਾ ਪਾ ਪਾ ਕੇ ਮੈਂ ਲੈ ਗਈ ਇਹਨੂੰ ਦੌੜ ਪਿੱਛੇ ਤੇ ਦੌੜ ਗਈ ਇੰਨੇ ਵਿੱਚ, ਲੋਕਾਂ ਨੇ ਇਹਨੂੰ ਫੜਿਆ, ਪਬਲਿਕ ਨੇ ਫੜਿਆ, ਮੈਂ ਨਹੀਂ, ਮੈਂ ਮੇਰੇ ਹੱਥ 'ਚ ਕਿੱਥੇ ਆਉਣਾ ਸੀ, ਇਹ ਤਾਂ ਦੌੜ ਗਿਆ ਤੇ ਪਬਲਿਕ ਨੇ ਇਹਨੂੰ ਫੜਿਆ, ਉੱਥੋਂ ਹੀ ਫੜ ਕੇ ਲਿਆਂਦਾ ਉਹ, ਅੱਗੇ ਇੱਧਰ ਨੂੰ ਚਲ ਗਿਆ ਸੀ ਘੁੰਮ ਕੇ ਤੇ ਉੱਥੋਂ ਇਹਨੂੰ ਫੜ ਕੇ ਲਿਆਂਦਾ ਬਸ। ਮੇਰਾ ਨਾਂ ਜੀ ਰਮੇਸ਼ ਕੁਮਾਰ, ਮੈਂ ਪ੍ਰੇਮ ਨਗਰ ਦਾ ਰਹਿਣ ਵਾਲਾ ਵਾਂ ਤੇ ਮੈਂ ਉੱਥੋਂ ਪੈਦਲ ਸ਼ਹਿਰ ਵੱਲ ਨੂੰ ਆਉਂਦਿਆ ਸੀਗਾ ਤੇ ਇਹ ਮੁੰਡਿਆਂ ਨੇ ਉੱਥੇ ਖੋਹ ਕੀਤੀ ਆ ਲੇਡੀਜ਼ ਨਾਲ ਤੇ ਪਬਲਿਕ ਨੇ ਇਹਨੂੰ ਫੜਿਆ ਵਾ ਤੇ ਪਬਲਿਕ ਤੋਂ ਅਸੀਂ ਇਹਨੂੰ ਇੱਥੇ ਸਿਟੀ ਆਪਣੇ ਪੇਸ਼ ਕਰਾ ਦਿੱਤਾ ਵਾ ਜੀ। ਫੋਨ ਖੋਹ ਲਿਆ ਇਹਨੇ ਜੀ, ਖੋਹ ਕੇ ਭੱਜ ਗਿਆ, ਪਬਲਿਕ ਨੇ ਇਹਦੇ ਮਗਰ ਚੜ੍ਹ ਕੇ ਰੌਲਾ ਪਾ ਕੇ ਤੇ ਇਹਦੇ ਕੋਲ ਫੋਨ ਬਰਾਮਦ ਕੀਤਾ ਵਾ ਤੇ ਬਰਾਮਦ ਕਰਨ ਦੇ ਬਾਅਦ ਲੇਡੀਜ਼ ਨੂੰ ਨਹੀਂ ਨਾਲ ਲੈ ਕੇ ਸਿਟੀ ਇਹਨੂੰ ਅਸੀਂ ਪਤਾ ਕੁਛ ਕਿੰਨੇ ਇਹ ਸਰ ਆਪਾਂ ਤੇ ਇਹਨੂੰ ਇਕੱਲੇ ਨੂੰ ਵੇਖਿਆ ਪਰ ਇਹ ਆਪਣੇ ਮੂੰਹੋਂ ਕਹਿੰਦਾ ਵੀ ਆਪਾਂ ਤਿੰਨ ਜਾਣੇ ਸੀਗੇ। ਇਹ ਇੱਕ ਮੋਟਰਸਾਈਕਲ ਸੀ ਇਹਨਾਂ ਕੋਲ, ਹੁਣ ਉਹ ਮੋਟਰਸਾਈਕਲ ਵਾਲੇ ਤੇ ਭੱਜ ਗਏ, ਇਹ ਕਾਬੂ ਆ ਗਿਆ। ਹੁਣ ਐਂਟੀ ਫੋਨ ਖੋਂਦੇ ਦੋ ਮੁੰਡੇ ਨਾਲ ਰੋਹਿਤ ਤੇ ਅਮਿਤ ਚਲ ਗਏ ਮੋਟਰਸਾਈਕਲ ਤੇ, ਕਿੱਥੋਂ ਦੇ ਰਹਿਣ ਵਾਲੇ? ਗਾਜੀਕੋਟ ਦੇ। ਉਹ ਵੀ ਗਾਜੀਕੋਟ ਦੇ? ਪੰਡੋਰੀ ਦੇ। ਪੰਡੋਰੀ ਦੇ? ਹਾਂਜੀ। ਤੇਰੇ ਕੀ ਲੱਗਦੇ? ਉਹ ਯਾਰ ਗੱਲੀ ਹੁੰਦੇ ਮੁੰਡੇ ਦੇ। ਹਾਂਜੀ ਪੰਡੋਰੀ ਦੇ ਸਰ? ਗਾਜੀਕੋਟ। ਗਾਜੀਕੋਟ? ਹਾਂਜੀ ਪੰਡੋਰੀ ਵਾਲਾ। ਬਹੁਤ ਵਾਰ ਦਾ